ਪੰਜਾਬ ਦੀ ਸਰਕਾਰੀ ਬੱਸ ਸਰਵਿਸ ਪੀਆਰਟੀਸੀ ਹੁਣ ਨਵੇਂ ਜਵਾਨੇ ਨਾਲ ਪੈਰ ਮਿਲਾਉਣ ਜਾ ਰਹੀ ਹੈ। ਪੀਆਰਟੀਸੀ ਵੱਲੋਂ ਆਪਣੀਆਂ ਸਮੁੱਚੀਆਂ 1180 ਬੱਸਾਂ ਵਿੱਚ ਜੀਪੀਐਸ ਸਿਸਟਮ ਅਤੇ ਸੀਸੀਟੀਵੀ ਕੈਮਰੇ ਲਾਉਣ ਦਾ ਫੈਸਲਾ ਕੀਤਾ ਗਿਆ। ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਹ ਪ੍ਰਪੋਜ਼ਲ ਤਿਆਰ ਕੀਤਾ। ਐਮਡੀ ਮਨਜੀਤ ਸਿੰਘ ਨਾਰੰਗ ਦਾ ਆਖਣਾ ਹੈ ਕਿ ਜੀਪੀਐਸ ਸਿਸਟਮ ਨਾਲ ਕਿਤੇ ਵੀ ਚੱਲ ਰਹੀ ਬੱਸ ਦੀ ਲੋਕੇਸ਼ਨ ਮੁੱਖ ਦਫ਼ਤਰ ਨੂੰ ਹਰ ਪਲ ਮਿਲੇਗੀ। ਸੀਸੀਟੀਵੀ ਕੈਮਰੇ ਪੂਰੀ ਯਾਤਰੀਆਂ ਦੀ ਪੂਰੀ ਸੁਰੱਖਿਆ ਦਾ ਇੰਤਜ਼ਾਮ ਕਰਨਗੇ। ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀਆਂ ਬੱਸਾਂ ਸਾਡੀਆਂ ਹੁਣ ਤੱਕ ਕਿਲੋਮੀਟਰ ਸਕੀਮ 'ਚ 150 ਬੱਸ ਆਰਡੀਨਰੀ ਹੈ ਅਤੇ ਦੂਜੀਆਂ ਬੱਸਾਂ, ਉਹਨਾਂ ਵਿੱਚ ਅਸੀਂ ਜਲਦੀ ਲਗਵਾਉਣ ਜਾ ਰਹੇ ਹਾਂ ਸਾਰੇ 'ਚ। ਜਿਹੜੀਆਂ ਸਾਡੀਆਂ ਕਿਲੋਮੀਟਰ ਸਕੀਮ ਦੇ ਵਿੱਚ ਐਚ ਬੀ ਏ ਸੀ ਅਤੇ ਸੁਪਰ ਇੰਟੈਗਰਲ ਕੋਚ ਹੈ, ਉਹਨਾਂ ਸਾਡੇ ਆਲਰੇਡੀ ਸਾਰਾ ਕੁਛ ਲੱਗਿਆ ਹੋਇਆ। ਹੁਣ ਨਵੀਂ ਪੋਲਿਸੀ ਤਹਿਤ ਗੌਰਮੈਂਟ ਮੈਂਡੇਟਰੀ ਕਰ ਰਹੀ ਹੈ ਸਾਰਿਆਂ ਲਈ ਕਿ ਹਰ ਬੱਸ ਦੇ ਵਿੱਚ ਜੀ ਪੀ ਐੱਸ ਵੀ ਹੋਵੇ ਅਤੇ ਕੈਮਰੇ ਵੀ ਨਾਲ। ਉਹ ਜਦੋਂ ਪੋਲਿਸੀ ਰਿਲੀਜ਼ ਹੋਏਗੀ ਉਹਦੇ ਬਾਅਦ 3 ਮਹੀਨੇ ਟਾਈਮ ਮਿਲਣਾ ਸਾਰਿਆਂ ਨੂੰ, ਉਹਨਾਂ 3 ਮਹੀਨਿਆਂ ਵਿੱਚ ਸਾਰੀਆਂ ਬੱਸਾਂ A to Z PRTC ਦੀਆਂ ਬੱਸਾਂ ਵਿੱਚ ਕੈਮਰੇ ਅਤੇ GPS ਵਗੈਰਾ ਫਿੱਟ ਹੋ ਜਾਣ।